लुधियाना पुलिस ने लूटपाट करने वाले एक ऑटो गिरोह का पर्दाफाश करते हुए इस गिरोह के 6 सदस्यों को काबू किया है, जबकि गिरोह के 2 सदस्य अभी पुलिस की गिरफ्त से बाहर हैं, जिसमें एक महिला भी शामिल है। पुलिस को इनके पास से चोरी के 35 स्मार्टफोन, 2 चोरीशुदा मोटरसाइकिल, एक ऑटो, 20 बोतल शराब देसी और एक तेजधार हथियार भी बरामद हुआ है। पुलिस के मुताबिक गिरोह का सरगना रजनी नामक महिला है, जो अभी पुलिस की गिरफ्त से बाहर है। यह गिरोह ऑटो में सवारी को बैठाकर उसे कोई नशीली सुई चुभो देते थे, जिससे सवारी बेहोश हो जाती थी। उसके बाद ये सवारी के पास मौजूद मोबाइल, पैसे व अन्य कीमती सामान आदि लूट लेते थे। गिरोह पिछले कई सालों से सरगर्म था और अभी तक दर्जनों भर वारदात को अंजाम दे चुका है। इनसे लूट का सामान और लूट में इस्तेमाल किए जाने वाला एक ऑटो भी बरामद कर लिया गया है। लुधियाना से संजय सैनी की खास रिपोर्ट। ਕਿਸੇ ਚੌਂਕ 'ਚ ਮਿਲਦੀ ਹੁੰਦੀ ਹੈ, ਉੱਥੇ ਬਿਠਾ ਲੈਂਦੇ ਸੀ ਸਵੇਰੇ ਸਵੇਰੇ। ਅਤੇ ਜਿੰਨੀਆਂ ਕੁ ਵਾਰਦਾਤਾਂ ਹੁੰਦੀਆਂ ਠੀਕ ਆ, ਆਪਾਂ ਆਪਣੇ ਉਹ ਗੱਤਾ ਲੈ ਕੇ ਮਤਲਬ ਬੈਗ ਦੇ ਨਾਲ ਰੱਖ ਲੈਂਦੇ ਸੀ। ਉਹ ਜਦੋਂ ਕਿਤੇ ਹੰਪ ਜਾਣਾ ਜਾਂ ਕਿਤੇ ਗੋਆ ਦਾ ਸਪੀਡ ਬ੍ਰੇਕਰ, ਉਹ 2 ਮਿੰਟ ਮਤਲਬ ਕੁਝ ਸੈਕਿੰਡ ਨਹੀਂ ਨਾ, ਉਹ ਬੰਦਾ ਜਾ ਕੇ ਗੱਤਾ ਦੇਖ ਲਓ ਵੀ ਇਹ 21 ਅਤੇ 40। ਇਹ ACP ਸੈਂਟਰ ਸਰਦਾਰ ਵਰਿਆਮ ਸਿੰਘ ਅਤੇ ਉਹਨਾਂ ਦੀ ਟੀਮ ਹੈ, SHO ਕੋਤਵਾਲੀ ਅਮਨ ਅਤੇ SHO ਡਿਵੀਜ਼ਨ ਨੰਬਰ 3 ਸਰਦਾਰ ਕਮਲਦੀਪ ਸਿੰਘ। ਇਹਨਾਂ ਨੇ ਇੱਕ ਆਟੋ ਗੈਂਗ ਫੜਿਆ, ਬਹੁਤ ਵੱਡਾ ਆਟੋ ਗੈਂਗ ਸੀਗਾ ਇਹ। ਇਹਦੇ 8 ਮੈਂਬਰ ਨੇ ਟੋਟਲ, 6 ਅਰੈਸਟ ਹੋ ਗਏ। ਇੱਕ ਮੇਨ ਲੇਡੀ ਹੈ, ਉਹ ਹਾਲੇ ਅਰੈਸਟ ਕਰਨੀ ਰਹਿੰਦੀ ਹੈ। ਇਹਨਾਂ ਤੋਂ 2 ਆਟੋ, 2 ਮੋਟਰਸਾਈਕਲ ਅਤੇ 35 ਮੋਬਾਈਲ ਅਤੇ ਹੋਰ ਛੋਟਾ ਫੁਟਕਲ ਸਮਾਨ ਜਿਹੜਾ ਉਹ ਜੋ ਇਹਨਾਂ ਨੇ ਸਨੈਚ ਕੀਤਾ ਸੀ, ਚੋਰੀ ਕੀਤਾ ਸੀ, ਉਹ ਰਿਕਵਰ ਹੋਇਆ। ਅਤੇ ਇਹਦੇ ਨਾਲ ਸਾਡੇ ਇਸ ਏਰੀਆ ਜਿਹੜੀਆਂ ਛੋਟੀਆਂ ਛੋਟੀਆਂ ਵਾਰਦਾਤਾਂ ਰੋਜ਼ ਇੱਕਾ ਦੁੱਕਾ ਹੋ ਜਾਂਦੀਆਂ ਸੀ, ਉਹਦੇ ਨਾਲ ਬਿਲਕੁਲ ਇਹਨਾਂ ਦੇ ਅਰੈਸਟ ਹੋਣ ਨਾਲ ਬਿਲਕੁਲ ਠੱਲ ਪੈ ਗਈ। ਇਹ ਜਿਹੜੀ ਲੇਡੀ ਸੀ ਇਹ ਜਦੋਂ ਅਰੈਸਟ ਹੋਊਗੀ ਉਦੋਂ ਪਤਾ ਲੱਗੂਗਾ। ਉਹਨੂੰ ਬਹੁਤ ਸਟਾਈਲ ਨਾਲ ਉਹ ਪਹਿਲਾਂ ਕਿਸੇ ਵੀ ਬੰਦੇ ਨੂੰ ਆਪਣਾ ਜਿਵੇਂ ਹੱਥ ਹੁੱਥ ਫੇਰ ਕੇ ਉਹਨੂੰ ਥੋੜ੍ਹਾ ਜਿਹਾ ਇੰਡਿਊਸ ਕਰ ਲੈਂਦੀ ਸੀ, ਫਿਰ ਉਹ ਇੰਜੈਕਸ਼ਨ ਲਾ ਦਿੰਦੀ ਸੀ ਉਹਦੇ। ਉਹ ਕੁਝ ਸੈਕਿੰਡ ਲਈ ਉਹਨੂੰ ਲੱਗਦਾ ਸੀ ਵੀ ਕੋਈ ਸੂਈਸਾਈਡ ਚੁੱਭੀ ਹੈ, ਉਦੋਂ ਨੂੰ ਉਹ ਬੇਹੋਸ਼ ਹੋ ਜਾਂਦਾ ਸੀ। ਉਸ ਤੋਂ ਬਾਅਦ ਫਿਰ ਇਹ ਲੁੱਟ ਉਹਦੇ ਨਾਲ ਜੋ ਉਹਦਾ ਸਮਾਨ ਹੁੰਦਾ ਸੀ ਉਹ ਸਾਰਾ ਲੈ ਜਾਂਦੇ ਸੀ। ਮਤਲਬ ਉਹ ਕਾਫੀ ਅਡਿਕਟਡ ਵੀ ਹੈ ਉਹ, ਜਿਵੇਂ ਦੱਸ ਰਹੇ ਨੇ ਇਹਦੇ ਨਾਲ ਦੇ। ਉਹਦੇ ਅਰੈਸਟ ਹੋਣ ਤੋਂ ਸਾਰੀ ਗੱਲ ਉਹਦੇ ਬਾਰੇ ਕਲੀਅਰ ਹੋ ਜੂਗੀ। ਬਾਕੀ ਜੋ ਸਮਾਨ ਇਹਨਾਂ ਦਾ ਉਸ ਤੋਂ ਬਿਨਾਂ ਉਹ ਸਾਰਾ ਰਿਕਵਰ ਹੋ ਗਿਆ ਜੋ ਇਹਨਾਂ ਨੇ ਚੋਰੀ ਕੀਤਾ ਸੀ, ਅਤੇ ਉਹ ਵੀ ਛੇਤੀ ਫੜ ਲਾਂਗੇ। ਇਹ ਹੁਣ ਇੰਜੈਕਸ਼ਨ ਬਾਰੇ ਉਹੀ ਦੱਸੋ ਵੀ ਕੀ ਕੈਮੀਕਲ ਹੈ, ਕੀ ਕਿਹੜਾ ਸਾਲਟ ਯੂਜ ਕਰਦੀ ਸੀ। ਰਜਨੀ ਪ੍ਰੋਫੈਸ਼ਨਲ ਹੈ, ਇਹਨਾਂ ਸਾਰਿਆਂ ਨੂੰ ਉਹਦਾ ਘਰ ਵੀ ਨਹੀਂ ਪਤਾ ਕਿੱਥੇ। ਉਹ ਇੱਕ ਕਿਸੇ ਚੌਂਕ 'ਚ ਐਡਰੈਸ ਦੇ ਦਿੰਦੀ ਹੁੰਦੀ ਸੀ, ਉੱਥੇ ਹੀ ਸਵੇਰੇ ਇਹ ਉਹਨੂੰ ਪਿਕਅਪ ਕਰ ਲੈਂਦੇ ਹੁੰਦੇ ਸੀ। ਉਹ ਵਹੀ ਹੈ, ਗੋਰੀ ਸੀ ਹੈ, ਮਤਲਬ ਐਕਟਿਵ ਹੈ, 28 ਕੇ ਕਰੀਬ, 25-28 ਕੇ ਕਰੀਬ ਉਸਕੀ ਉਮਰ ਹੈ, ਸ਼ਾਇਦ ਵਹੀ ਹੋਗੀ। ਉਸੀ ਉਸੀ ਏਰੀਆ ਮੇ ਰਹਿਤੀ ਹੈ। ਇਹ ਜੋ ਗੈਂਗ ਹੈ ਪਰਟੀਕੁਲਰ ਲੁਧਿਆਣਾ, ਸਭੀ ਲੁਧਿਆਣਾ ਸਾਰੇ ਏਰੀਆ ਮੇ, ਜ਼ੋਨ 1, 2, 3 ਮੇ ਜਹਾਂ ਵੀ ਇਨਕਾ ਦੌਰ ਲੱਗ ਜਾਤਾ ਥਾ ਵਹੀ ਵਾਰਦਾਤ ਕਰ ਦਿੱਤੀ। ਯੇ ਅਭੀ ਹਮ ਪਤਾ ਕਰਾ ਰਹੇ ਹੈ, ਕਿਉਂਕਿ ਕੱਲ ਪਕੜੇ ਨੇ, ਅਭੀ 6 ਪਕੜ ਲਈ, 6 ਪਕੜ ਲਈ ਹੈ, 2 ਪਕੜਨੇ ਬਾਕੀ ਹੈ, ਇੱਕ ਰਜਨੀ ਔਰ ਇੱਕ ਔਰ। ਇਹ ਹੈਗਾ ਪਿਛਲੇ 1.5 ਸਾਲ ਤੋਂ ਐਕਟਿਵ ਹੈ।
ਵਾਰਦਾਤਾਂ 25-30 ਵਾਰਦਾਤਾਂ ਮੰਨੀਆਂ ਨੇ। ਇਹ ਜਿਹੜੀਆਂ ਜਿਹੜੀ ਰਿਕਵਰੀ ਹੋਈ ਆ ਇਹ ਸਾਰੀਆਂ ਜਿੰਨੀ ਸੀਗੀ ਟੋਟਲੀ ਸਾਰੀ ਅਸੀਂ ਰਿਕਵਰ ਕਰਾ ਲਿਆ। ਇਹ ਇੱਕ ਤਾਂ ਮੇਨ ਜਿਹੜਾ ਵੱਡਾ ਗੈਂਗ ਸੀਗਾ ਉਹ ਡਿਵੀਜ਼ਨ ਨੰਬਰ 3 ਦੇ SHO ਨੇ ਆਪਣੇ ਉੱਧਰਲੇ ਜਿਹੜਾ ਸੰਘਾਰ ਸਿਨੇਮਾ ਚੌਂਕ ਆ ਉੱਥੋਂ ਜੀ ਫੜਿਆ, ਅਤੇ ਇੱਕ ਜਿਹੜਾ ਇਹਨਾਂ ਨੇ ਰੇਖੀ ਸਿਨੇਮੇ ਕੋਲੋਂ ਫੜਿਆ ਡਿਵੀਜ਼ਨ ਨੰਬਰ 1 ਕੋਤਵਾਲੀ ਵਾਲਿਆਂ।